ਸ਼ੇਰਾਂ ਵਾਲੀਏ ਸ਼ੇਰਾਂ ਵਾਲੀਏ ਸ਼ੇਰਾਂ ਵਾਲੀਏ ਨੀ ਮਾਂ ਨੀ ਜੋਤਾਂ ਵਾਲੀਏ ਸ਼ੇਰਾਂ ਮਾਂ ਜੋਤਾਂ ਵਾਲੀਏ ਹੋ ਮਾਂ ਇਹਨਾਂ ਲਿਖਦੇ ਨਸੀਬਾਂ ਵਿੱਚ ਮੇਰੇ 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 ਮਾਂ ਰੰਗ ਤੇਰਾ ਚੜਿਆ ਰਵੇ ਹੋ ਇਹਨਾਂ ਲਿਖਦੇ ਨਸੀਬਾਂ ਵਿੱਚ ਮੇਰੇ ਇਹਨਾਂ ਲਿਖਦੇ ਨਸੀਬਾਂ ਵਿੱਚ ਮੇਰੇ ਮਾਂ ਰੰਗ ਤੇਰਾ ਚੜਿਆ ਰਵੇ ਹੋ ਰਵਾਂ ਚਰਨਾਂ 'ਚ ਲੱਗਿਆ ਮੈਂ ਤੇਰੇ ਮਾਂ ਰੰਗ ਤੇਰਾ ਚੜਿਆ ਰਵੇ ਰਵਾਂ ਚਰਨਾਂ 'ਚ ਲੱਗਿਆ ਮੈਂ ਤੇਰੇ ਜਗਰਾਤੇ 'ਚ ਬਹਿਣ ਦਾ ਕੋਈ ਫਾਇਦਾ ਨਹੀਂ। ਜੇ ਅੱਜ ਵੀ ਤੁਸੀਂ ਘਰ ਦੀਆਂ ਗੱਲਾਂ ਹੀ ਕਰਦੇ ਰਹੇ ਜਾਂ ਦੁੱਖ ਸੁੱਖ ਹੀ ਰੋਂਦੇ ਰਹੇ, ਨਹੀਂ
ਅੱਜ ਹੈਗਾ ਟਾਈਮ ਮਹਾਮਾਈ ਨੂੰ ਤਾਂ ਆਪਣੇ ਆਪਣੇ ਦੁੱਖ ਸੁਣਾਉਣ ਦਾ, ਤੇ ਜਿਹਦੀ ਮਹਾਮਾਈ ਨੇ ਸੁਣ ਲਈ ਉਹਨੂੰ ਕਿਸੇ ਦੇ ਅੱਗੇ ਕੁਰਲਾਉਣ ਦੀ ਜ਼ਰੂਰਤ ਨਹੀਂ ਆ। ਇੱਕ ਵਾਰੀ ਹੱਥ ਉੱਪਰ ਨੂੰ ਖੜੇ ਕਰਨੇ ਆ ਸਾਰਿਆਂ ਨੇ, ਜਿੰਨੇ ਜਣੇ ਪੰਡਾਲ 'ਚ ਬੈਠੇ ਨੇ। ਭਗਤ ਜੀ, ਮਾਤਾ ਰਾਣੀ ਦੇ ਨਾਮ ਦਾ ਗਿੱਧਾ ਚਾਹੇ ਪੁੱਠਾ ਤੇ ਚਾਹੇ ਸਿੱਧਾ, ਮੈਂ ਹਰ ਭੇਟ ਤੋਂ ਬਾਅਦ ਵੀ ਥੱਲੇ ਆਉਣਾ, ਕਿਉਂ? ਤੁਹਾਡੀ ਹਾਜ਼ਰੀ ਲੱਗਣੀ ਚਾਹੀਦੀ ਹੈ। ਤੇ ਮੇਰੇ ਨਾਲ ਮਿਲ ਕੇ ਮਰੰਗ ਤੇਰਾ ਚੜਿਆ ਰਵੇ, ਮਰੰਗ ਤੇਰਾ ਚੜਿਆ ਰਵੇ, ਸੁਣ ਕੇ ਮਰੰਗ ਤੇਰਾ ਚੜਿਆ ਰਵੇ, ਮਰੰਗ ਤੇਰਾ ਚੜਿਆ ਰਵੇ। ਜਿਨ੍ਹਾਂ ਜਿਨ੍ਹਾਂ ਦੇ ਉੱਤੇ ਸ਼ੇਰਾਂ ਵਾਲੀ ਦੇ ਕਦਮਾਂ ਦਾ ਰੰਗ ਚੜਿਆ, ਇੱਕ ਵਾਰੀ ਹੱਥ ਉੱਪਰ ਨੂੰ ਖੜੇ ਕਰਕੇ ਤੇ ਮੇਰੇ ਨਾਲ ਮਿਲ ਕੇ ਮਰੰਗ ਤੇਰਾ ਚੜਿਆ ਰਵੇ, ਮਰੰਗ ਤੇਰਾ ਚੜਿਆ ਰਵੇ, ਮਰੰਗ ਤੇਰਾ ਚੜਿਆ ਰਵੇ, ਮਰੰਗ ਤੇਰਾ ਚੜਿਆ ਰਵੇ, 1 2 3 ਤੇਰਾ ਚੜਿਆ ਰਵੇ, ਮਰੰਗ 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 ਤੇਰਾ ਚੜਿਆ ਰਵੇ। ਇੱਕ ਵਾਰੀ ਤਾੜੀਆਂ ਮਾਰੋ ਮਾਤਾ ਰਾਣੀ ਦੇ ਨਾਮ ਤੇ ਪਹਿਲਾਂ।